ਇੰਟੈਲੀਜੈਂਸ ਹੀ ਫੇਲ ਹੋ ਗਈ ਉਹਦੇ ਬਾਰੇ ਕੀ ਕਰਨਾ ਚਾਹੁੰਦੇ? ਅਸੀਂ ਜਿਹੜੇ ਕੌਨਸਪਰੇਸੀ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇੱਕ ਦੋ ਦਿਨਾਂ 'ਚ ਸਾਰੀ ਜਿਹੜੀ ਅਸਲੀਅਤ ਉਹ ਸਾਹਮਣੇ ਆ ਜੂਗੀ। ਸੁਖਬੀਰ ਜੀ, ਆਪਕੋ ਕਿਆ ਲੱਗ ਰਿਹਾ ਹੈ ਕਿ ਜੋ ਆਪਕੀ ਇੰਟੈਲੀਜੈਂਸ ਰਿਪੋਰਟਸ ਹੈ ਆਈਐਸਏ ਕੀ ਕੋਈ ਨਿਗਾਹ ਹੈ ਜੋ ਇਲੈਕਸ਼ਨ ਹੈ ਪੰਜਾਬ ਦੇ? ਮੈਂ ਇੰਨਾ ਨਹੀਂ ਕਹਿ ਰਿਹਾ, ਮੈਂ ਕਿਹਾ ਹੈ ਕਿ ਆਈਐਸਆਈ ਦੀ ਸਦਾ ਕੋਸ਼ਿਸ਼ ਰਹਿੰਦੀ ਹੈ ਹਿੰਦੁਸਤਾਨ ਡਿਸਟਰਬੈਂਸ ਕਰਨੀ। ਸੋ ਪਰ ਅਸੀਂ ਪੰਜਾਬ ਸਰਕਾਰ ਬੜੀ ਵਿਜੀਲੈਂਟ ਹੈ, ਤੁਸੀਂ ਦੇਖਿਆ ਨਾ ਪਿਛਲੇ 9 ਸਾਲਾਂ ਦੇ ਅੰਦਰ ਅਸੀਂ ਬੜੀ ਅਮਨ ਸ਼ਾਂਤੀ ਇੱਥੇ ਰੱਖੀ ਹੈ, ਕੋਈ ਇੰਸੀਡੈਂਟ ਨਹੀਂ ਹੋਣ ਦਿੱਤਾ ਤੇ ਲਗਾਤਾਰ ਅਸੀਂ ਵਾਚ ਰੱਖ ਰਹੇ ਹਾਂ। ਬੜਾ ਜਿਹੜਾ ਇੰਸੀਡੈਂਟ ਹੋਇਆ ਬੜਾ ਗਲਤ ਹੋਇਆ, ਪਰ ਅਸੀਂ ਜੋ ਜੋ ਜ਼ਿੰਮੇਵਾਰ ਅਫਸਰ ਉਹਨਾਂ ਦੇ ਸਖ਼ਤ ਕਾਰਵਾਈ ਵੀ ਕੀਤੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਜੋ ਨਾਭਾ ਜੇਲ੍ਹ ਬ੍ਰੇਕ ਹੈ ਉਸਮੇਂ ਆਪਕੋ ਕਿਆ ਲੱਗ ਰਿਹਾ ਹੈ ਐਸੇ ਕਾ ਹੱਥ ਹੈ ਉਸਮੇਂ? ਹਲੇ ਕੁਛ ਨਹੀਂ ਕਹਿ ਸਕਦੇ, ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੋ ਗੈਂਗਸਟਰ ਬੈਠੇ ਹੋਏ ਜੇਲ੍ਹ ਸੇ ਆਪਰੇਟ ਕਰ ਰਹੇ ਹੈ ਉਨਕੇ ਨਕੇਲ ਡਾਲਨੇ ਕੇ ਲਿਏ ਆਪਕੀ ਤਰਫ ਅਸੀਂ ਸਾਰੇ ਰਿਵਿਊ ਕਰ ਰਹੇ ਹੈਂ ਸਾਰੀ ਜੇਲ੍ਹ ਦੀ ਸਾਰੇ ਜੇਲ੍ਹ। ਕੋਈ ਗੱਲ ਨਹੀਂ, ਉਹਨਾਂ ਦੀ ਮਰਜ਼ੀ ਹੈ। ਚਲੋ ਵਧੀਆ, ਉਹ ਵੀ ਚੰਗਾ, ਉਹ ਵੀ ਇਲੈਕਸ਼ਨ ਲੜ ਲੈਣਗੇ।